pas dari bahasa. ਅੱਜ ਮਹਾਰਾਜ ਹੋਣ ਲੱਗੀ ਬੁਲਟ ਦੀ ਸਰਵਿਸ। ਹੁਣ ਥੋੜ੍ਹੀ ਦੇਰ 'ਚ ਆਪਾਂ ਇੰਜਨ ਆਇਲ ਇਹਦਾ ਚੇਂਜ ਕਰਾਂਗੇ। ਦੋ ਸਾਲ ਹੋ ਗਏ, ਦੋ ਸਾਲ ਬਾਅਦ ਬੁਲਟ ਦੀ ਸਰਵਿਸ ਹੋ ਰਹੀ ਆ। ਢਾਈ ਲੀਟਰ ਹੋਣਾ ਚਾਹੀਦਾ, ਇਹਦੇ ਚੋਂ ਨਿਕਲਿਆ ਡੇਢ ਲੀਟਰ ਵੀ ਨਹੀਂ ਨਿਕਲਿਆ, ਡੇਢ ਲੀਟਰ ਵੀ ਤੇਲ ਨਹੀਂ ਨਿਕਲਿਆ। ਕਿੰਨਾ ਗਲਤ ਤਰੀਕੇ ਨਾਲ ਇਹ ਚੱਲ ਰਿਹਾ ਅਤੇ ਬੁਲਟ ਦੀ ਹਾਲਤ ਬਿਲਕੁਲ ਖਰਾਬ ਹੋਈ ਪਈ ਹੈ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੀ ਜੂਨ ਅੱਜ ਸੁਧਾਰਾਂਗੇ। ਵੀਡੀਓ ਦੇਖ ਕੇ ਪੂਰੀ ਯਾਰੋ ਦੋਸਤੋ, ਜੇ ਕਿਸੇ ਨੇ ਆਪਣੇ ਬੁਲਟ ਦੀ ਸਰਵਿਸ ਕਰਾਉਣੀ ਹੋਵੇ ਯਮੁਨਾਨਗਰ ਜਗਾਦਰੀ ਸਾਰੇ ਭਰਾ ਭਰੈਣ ਕੰਟਰੈਕਟ ਕਰ ਸਕਦੇ ਨੇ ਸੰਨੀ ਭਾਅ ਜੀ ਨੂੰ। ਆਪਣੀ ਹਰਭਜਨ ਬੁਲਟ ਰਿਪੇਅਰ ਦੀ ਦੁਕਾਨ ਹੈ ਪਿਆਰਾ ਚੌਂਕ 'ਤੇ। ਸਰਵਿਸ ਧਿਆਨ ਨਾਲ ਦੇਖ ਕੇ A to Z ਕੰਮ ਕਰਾਉਣਾ ਹੋਵੇ ਭਾਅ ਜੀ ਕੋਲ ਆਓ, ਭਾਅ ਜੀ ਕੋਲ ਆ ਕੇ ਕੰਟੈਕਟ ਕਰੋ। ਨੰਬਰ ਮੈਂ ਭਾਅ ਜੀ ਤੁਹਾਨੂੰ ਵਿੱਚ ਪਾ ਦਿਆਂਗਾ, ਨੰਬਰ 'ਤੇ ਕੰਟੈਕਟ ਕਰੋ ਸਿੱਧਾ। A to Z ਡਿਟੇਲ ਮਿਲੇਗੀ ਸਰਵਿਸ ਦੀ। ਦੇਖੀ ਜਾਓ ਮੈਗਨੈਟ ਹੁੰਦਾ, ਟਾਈਮਿੰਗ ਗਰਾਰੀਆਂ ਹੁੰਦੀਆਂ, ਬੜਾ ਖੁਸ਼ ਹੁੰਦਾ ਅੰਦਰ ਪੈਨ ਗਰਾਰੀ। ਨੱਟ ਵੀ ਅੰਦਰ ਤੱਕ ਕੱਟੇ ਹੋਏ ਹੈ, ਪਤਾ ਨਹੀਂ ਲੱਗਦਾ ਉਹ। ਸਕਰੂ ਖੋਲਤੇ ਗਏ ਨੇ ਪੂਰੇ, ਇਕੱਲਾ ਇਕੱਲਾ ਸਕਰੂ, ਕਿੰਨੇ ਲੰਮੇ ਲੰਮੇ ਸਕਰੂ। ਪਹਿਲੀ ਵਾਰ ਪੁੱਛ ਰਿਹਾ।
ਇਹ ਭਾਅ ਜੀ ਕੀ ਆ ਗਿਆ ਇਹਦਾ ਕੀ ਨਾਂ ਇਹਦਾ? ਮੈਗਨੇਟ ਹੈ। ਇਹ ਮੈਗਨੇਟ ਆ ਗਿਆ ਜੀ। ਇਹਦਾ ਕੀ ਕੰਮ ਹੈ ਕੋਇਲ ਦਾ? ਇਹ ਕੋਇਲ ਦਾ ਕੀ ਕੰਮ ਹੈ ਇਹਦੇ 'ਚ? ਸਟਾਰਟਿੰਗ ਦੀ ਵੀ ਇਹ ਹੈਡਲਾਈਟ ਵਗੈਰਾ। ਅੱਛਾ ਜੀ, ਪਾਵਰ ਇੱਥੋਂ ਹੀ ਜਨਰੇਟ ਹੁੰਦੀ ਆ। ਦੇਖੋ ਦੋਸਤੋ, ਪਾਵਰ ਇੱਥੋਂ ਹੀ ਜਨਰੇਟ ਹੋ ਜਾਂਦੀ ਲਾਈਟਾਂ ਲੂਟਾਂ ਦੀ। ਆ ਕੋਇਲ ਲੱਗੀ ਹੋਈ ਆ ਅਤੇ ਉੱਥੇ ਮੈਗਨੇਟ ਵੀ ਆ। ਕਿਹੜੀ ਭਾਅ ਜੀ? ਅੱਛਾ ਜੀ, ਇਹਦੇ ਨਾਲ ਬੈਕ। ਓਕੇ ਓਕੇ, ਇਹ ਬੜੀ ਹਲਕੀ ਜਿਹੀ ਚੀਜ਼ ਹੈ ਯਾਰ। ਪਹਿਲਾਂ ਤਿੰਨ ਸੀ, ਹੁਣ ਚਾਰ ਹੋ ਗਏ।
ਕਿੱਥੇ ਵੱਜ ਗਈ ਬ੍ਰੇਕ ਪੈਡਲ ਦਵਾ ਅੱਗੇ ਬਲਬ ਬਲਬ ਨਾਲ ਚੱਲਦਾ ਹੀ ਹਾਂ ਹਾਂ ਬਲਬ ਅੱਗੇ ਹੀ ਬਲਬ ਹੀ ਗਾਣੇ ਆਦੇ ਸਾਧਿਓ ਦੋਸਤੋਂ ਇੰਜਣ 'ਚ ਬੁਲਟ ਦੇ ਇੰਜਣ 'ਚ ਕੋਇਲ ਲੱਗੀ ਹੋਈ ਆ ਕੋਇਲ ਲੱਗੀ ਹੋਈ ਆ ਆ ਇਹਦਾ ਆ ਗਿਆ ਮੈਗਨੇਟ ਮੈਗਨੇਟ ਹੁਣ ਇਹਦਾ ਲਾ ਚੁੱਕੇ ਹਾਂ ਹੁਣ ਬਸ ਅਗਲੀ ਪ੍ਰੋਸੈਸਿੰਗ ਦੀ ਤਿਆਰੀ ਆ ਕਰਦੇ ਹਾਂ ਬਈ
ਪਟਿਆਲੇ ਤੋਂ ਅਮਰਾਲਾ ਰੋਡ ਚੜ੍ਹ ਕੇ ਪਹਿਲੇ ਤੋਂ ਅੱਗੇ ਸਿੱਧੇ ਅਤੇ ਮਾਨਸਾ ਤੋਂ ਅੱਗੇ ਇਹ ਆ ਗਿਆ ਜੀ ਇੰਜਨ ਆਇਲ 2.5 ਲੀਟਰ ਐਚ ਪੀ ਕਾ ਰੇਸਰ 15W50 ਇਹ ਡਲੇਗਾ ਜੀ ਅਬ ਇਸਕੇ ਅੰਦਰ ਅੰਦਰ ਸੇ ਸੈਟਿੰਗ ਹੋ ਚੁੱਕੀ ਹੈ ਸਾਰੀ ਜੋ ਆਵਾਜ਼ ਆ ਰਹੀ ਸੀ ਪਹਿਲੇ ਇਹ ਕਿਆ ਜੀ ਇਹ ਕਿਆ ਆਇਲ ਫਿਲਟਰ ਅੱਛਾ ਇਹ ਆ ਗਿਆ ਆਇਲ ਫਿਲਟਰ अब इसको बना लग रहे इसकी सेटिंग रिंग की
Come again. Come. Oops.